ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਫੋਟੋ ਦੇ ਨਾਲ ਜੋ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਦਿੰਦੇ ਹਾਂ। ਕਿਤੇ ਨਾ ਕਿਤੇ ਕੋਈ ਇੱਕ ਅਸਮੰਜਸ ਜੇ ਦੀ ਸਥਿਤੀ ਸੀਗੀ ਔਰ ਜਿਹੜੇ ਅਸੀਂ ਜਦੋਂ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਉਹਨਾਂ ਦੇ ਬੋਰਡ ਲਾਉਣ ਦੇ ਵਿੱਚ ਕੋਈ ਇੱਦਾਂ ਦਾ ਹਰਜ ਨਹੀਂ ਗਾ। ਕੈਪਟਨ ਇੱਕ ਹੀ ਹੁੰਦਾ ਹੈ, ਪੰਜਾਬ ਦਾ ਇੱਕ ਹੀ ਕੈਪਟਨ ਹੈ। ਅੰਮ੍ਰਿਤਸਰ ਦੇ ਚੌਰਾਹਿਆਂ ਤੇ ਲੱਗੇ ਨੇ ਇਹ ਬੋਰਡ। ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਇਸ ਸੁਨੇਹਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਮੋੜਾਂ ਤੇ ਬੋਰਡ ਲਾ ਕੇ। ਸੋਸ਼ਲ ਮੀਡੀਆ ਤੇ ਪਿਛਲੇ ਕਈ ਦਿਨਾਂ ਤੋਂ ਅਜਿਹੇ ਪੋਸਟਰ ਸਾਹਮਣੇ ਆਉਣ ਲੱਗ ਪਏ ਸਨ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਦੇ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਪੰਜਾਬ ਦਾ ਇੱਕ ਹੀ ਕੈਪਟਨ। ਇਹ ਸੋਸ਼ਲ ਮੀਡੀਆ ਤੇ ਵੀ ਸਨ ਪਰ ਅੱਜ ਅੰਮ੍ਰਿਤਸਰ ਦੇ ਵੱਖ ਵੱਖ ਜਿਹੜੇ ਚੌਂਕ ਨੇ ਉੱਥੇ ਅਜਿਹੇ ਪੋਸਟਰ ਲੱਗੇ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਇਹ ਗੱਲ ਲਿਖੀ ਗਈ ਹੈ ਕਿ ਪੰਜਾਬ ਦਾ ਇੱਕ ਹੀ ਕੈਪਟਨ, ਕੈਪਟਨ ਅਮਰਿੰਦਰ ਸਿੰਘ। ਅੰਮ੍ਰਿਤਸਰ ਸ਼ਹਿਰ 'ਚ ਇਹ ਬੋਰਡ ਮੇਅਰ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਲਾਏ ਨੇ। ਵੱਖੋ ਵੱਖਰੇ ਸਲੋਗਨ ਲਿਖੇ ਨੇ। ਪੂਰਾ ਜ਼ੋਰ ਲੱਗਿਆ ਕੈਪਟਨ ਨੂੰ 2022 ਲਈ ਕਾਂਗਰਸ ਦਾ ਚਿਹਰਾ ਦਿਖਾਉਣ ਦੇ ਲਈ। ਸੋ ਐਰਕੀ ਜਾਂ ਜਿਹੜੇ ਬੋਰਡ ਲਾਏ ਆ ਇਹਦੇ 'ਚ ਕੋਈ ਇੱਦਾਂ ਦੀ ਗੱਲ ਨਹੀਂ। ਸਾਡੀ ਪਾਰਟੀ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਕਿਤੇ ਨਾ ਕਿਤੇ ਕੋਈ ਇੱਕ ਅਸਮੰਜਸ ਜੇ ਦੀ ਸਥਿਤੀ ਸੀਗੀ ਔਰ ਜਿਹੜੇ ਅਸੀਂ ਜਦੋਂ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਉਹਨਾਂ ਦੇ ਬੋਰਡ ਲਾਉਣ ਦੇ ਵਿੱਚ ਕੋਈ ਇੱਦਾਂ ਦਾ ਹਰਜ ਨਹੀਂ ਗਾ। ਪਰਿਵਾਰ ਬਹੁਤ ਵੱਡਾ ਪਰਿਵਾਰ ਹੈ, ਪਰਿਵਾਰ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਇਹ ਕੋਈ ਅੱਜ ਨਹੀਂ ਹੋਈਆਂ, ਸਾਰੀਆਂ ਪਾਰਟੀਆਂ 'ਚ ਹੁੰਦੀਆਂ। ਕੈਪਟਨ ਖਿਲਾਫ਼ ਵਿਧਾਇਕਾਂ ਤੇ ਮੰਤਰੀਆਂ ਨੇ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਹੈ, ਖਾਸ ਕਰਕੇ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਸਣੇ ਕਾਂਗਰਸ ਦਾ ਇੱਕ ਧੜਾ ਖੁੱਲ੍ਹ ਕੇ ਖਿਲਾਫ਼ਤ ਕਰ ਰਿਹਾ। ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਆਪਣਿਆਂ ਨੇ ਹਿਲਾਏ। ਕੈਪਟਨ ਇੰਨੇ ਕਸੂਤੇ ਘਿਰੇ ਕਿ ਦਿੱਲੀ ਕਮੇਟੀ ਸਾਹਮਣੇ ਪੇਸ਼ ਹੋਣਾ ਪਿਆ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਵਿਧਾਇਕਾਂ ਨੇ ਕੈਪਟਨ ਤੇ ਸਵਾਲਾਂ ਦੀ ਝੜੀ ਜੋ ਲਾਈ ਸੀ ਤੇ ਉਧਰ ਚੋਣਾਂ ਦਾ ਵੇਲਾ ਨੇੜੇ ਆਉਂਦਾ ਜਾ ਰਿਹਾ, ਇਸੇ ਲਈ ਹੁਣ ਕਪਤਾਨ ਦੀ ਹਮਾਇਤ ਲਈ ਇਉਂ ਸਰੇ ਰਾਹ ਪੋਸਟਰ ਤੇ ਹੋਰਡਿੰਗ ਲਾਏ ਗਏ ਨੇ।